सुखमन नारी सहज समानी पीवै पीवन हारा। कहिंदे सुखमना नाड़ी दे विच ना उह सवास चाड़दे योगी। एक गल सुणिओ आ जिहड़ा शब्द इह शब्द नूं पढ़ लो ते साडे बाबिआं दीआं नाम सिमरन वालीआं किताबां पढ़ लो। ਉਹ ਕਹਿੰਦੇ ਸਾਡੇ ਬਾਬਿਆਂ ਚ ਆਮ ਗੱਲ ਹੈ ਵੀ ਇੜਾ ਪਿੰਗਲਾ ਇਹ ਦੋ ਨਾੜੀਆਂ ਹੁੰਦੀਆਂ, ਇੱਕ ਸੁਖਮਣਾ ਨਾੜੀ ਹੈ ਜਿਹਦੇ ਵਿੱਚ ਸਵਾਸ ਚਾੜਦੇ ਹੁੰਦੇ ਆ। ਉਹ ਕਮਲਿਓ ਓਏ ਬਾਬਿਓ, ਇਹ ਜੋ ਤੁਸੀਂ ਸਵਾਸ ਚਾੜਦੇ ਆ ਇਹ ਜੋਗੀ ਚਾੜਦੇ ਸੀ, ਇਹ ਜੋਗੀਆਂ ਦੇ ਕੰਮ ਸੀ। ਇਹ ਇੜਾ ਪਿੰਗਲਾ ਸੁਖਮਣਾ ਇਹ ਚੀਜ਼ਾਂ ਦੀਆਂ ਤੁਹਾਡੀਆਂ ਕਿਤਾਬਾਂ ਭਰੀਆਂ ਪਈਆਂ, ਇਹ ਬਾਬਿਆਂ ਦਾ ਕੰਮ, ਇਹ ਤੇ ਜੋਗੀਆਂ ਦਾ ਕੰਮ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਵੀ ਜੋਗੀ ਕਰਦੇ ਸੀ। ਸਾਡੀ ਸੁਖਮਣਾ ਨਾੜੀ ਅਸੀਂ ਕੀ ਸਵਾਸ ਚਾੜ ਕੇ ਕਰਨੇ ਨੇ? ਗੁਰੂ ਸਾਹਿਬ ਨਹੀਂ ਇਹਨਾਂ ਨੂੰ ਗੱਲ ਬੰਦੇ, ਇਹ ਜੋਗੀਆਂ ਦੇ ਕੰਮ ਸੀ। ਕਹਿੰਦੇ ਜੋਗੀ ਸ਼ਰਾਬ ਪੀ ਕੇ ਸੁਖਮਣਾ ਨਾੜੀ ਵਿੱਚ ਸਵਾਸ ਚਾੜਦੇ ਸੀ ਤੇ ਕਬੀਰ ਜੀ ਕਹਿੰਦੇ ਆ ਸੁਖਮਨ ਨਾਰੀ, ਮੈਂ ਸੁਖਮਨ ਨਾੜੀ ਚ ਸਵਾਸ ਚਾੜ ਲੈ ਸਹਿਜ ਸਮਾਨੀ ਪੀਵੇ ਪੀਵਨ ਹਾਰਾ। ਕਹਿੰਦੇ ਮੈਂ ਹਰ ਵੇਲੇ ਸਹਿਜ ਵਿੱਚ ਰਹਿੰਦਾ, ਸਹਿਜ ਵਿੱਚ। ਸਹਿਜ ਵਿੱਚ ਹੋਣਾ ਕੀ ਹੈ? ਬਹੁਤ ਪੈਸਾ ਆ ਗਿਆ ਤਾਂ ਵੀ ਸਹਿਜ ਹੀ ਹੈ, ਸਾਰਾ ਹੀ ਚਲਿਆ ਗਿਆ ਤਾਂ ਵੀ ਸਹਿਜ ਹੀ ਹੈ, ਪੁੱਤ ਹੋਇਆ ਤਾਂ ਵੀ ਸਹਿਜ ਹੀ ਹੈ। ਹੁਣ ਪਾਗਲ ਥੋੜਾ ਹੋਣਾ ਵੀ ਜੇ ਹੋ ਗਿਆ ਤੇ ਹੁਣ ਪਾਗਲ ਹੀ ਹੋ ਜਾਓ, ਪਿਓ ਦੁਨੀਆ ਚੋਂ ਚਲਿਆ ਗਿਆ ਤਾਂ ਵੀ ਸਹਿਜ ਹੀ ਹੈ। ਵਿਆਹ ਹੈ ਠੀਕ ਹੈ ਭਾਈ, ਵਿਆਹ ਹੈ, ਅੱਜ ਮਰ ਮੌਤ ਹੋ ਗਈ ਹੈ ਠੀਕ ਹੈ ਭਾਈ, ਸਹਿਜ ਚ ਰਹਿਣਾ, ਬੈਲੈਂਸ ਰੱਖਣਾ, ਨਾ ਬਹੁਤਾ ਅਪ ਤੇ ਨਾ ਬਹੁਤਾ ਡਾਊਨ। ਅਮਰੀਕਾ ਦਾ ਵੀਜ਼ਾ ਲੱਗਣਾ ਦਿੱਤਾ ਸੀ, ਅੱਛਾ ਲੱਗ ਗਿਆ ਠੀਕ ਹੈ ਜੀ, ਲੱਗ ਗਿਆ, ਨਹੀਂ ਲੱਗਿਆ ਠੀਕ ਹੈ ਭਾਈ, ਨਹੀਂ ਲੱਗਿਆ ਇੱਦਾਂ ਸਹਿਜ। ਇੱਦਾਂ ਨਹੀਂ ਵੀ ਕਦੇ ਬਹੁਤਾ ਹੀ ਅਪ ਕਦੇ ਬਹੁਤਾ ਹੀ ਡਾਊਨ। ਕਹਿੰਦੇ ਬਸ ਮਨ ਸਹਿਜ ਵਿੱਚ ਰੱਖਣ ਰੂਪੀ ਸੁਖਮਣਾ ਨਾੜੀ ਦੇ ਵਿੱਚ ਸਵਾਸ ਚਾੜ ਲੈ, ਅਸੀਂ ਤੇ ਮਨ ਸਹਿਜ ਵਿੱਚ ਆ ਗਿਆ ਇਹੀ ਸੁਖਮਣਾ। ਸਾਨੂੰ ਨਹੀਂ ਲੋੜ ਅਸੀਂ ਕੋਈ ਸੁਖਮਣਾ ਨਾੜੀ 'ਚ ਸਵਾਸ ਨਹੀਂ ਚਾੜਨੇ। ਤੇ ਸੋਚੋ ਉਹ ਤੁਸੀਂ ਵੱਡੇ ਵੱਡੇ ਜਿੰਨੇ ਸਾਡੇ ਬਾਬੇ ਆ ਨਾ ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਆਤਮਕ ਗਿਆਨ ਜਿਹੜਾ ਉਹਨਾਂ ਨੇ ਦਿੱਤਾ ਹੈ ਆ ਸੁਖਮਣਾ ਨਾੜੀ 'ਚ ਸਵਾਸ ਵਾੜਨ ਦਾ ਦਿੱਤਾ ਹੈ। ਪੜ੍ਹੋ ਕਿਤਾਬਾਂ ਲੈ ਆਓ ਵੀ ਸੁਖਮਣਾ ਨਾੜੀ 'ਚ ਸਵਾਸ ਕਿਵੇਂ ਚਾੜਦੇ ਆ, ਦਸਵੇਂ ਦੁਆਰ 'ਚ ਸਵਾਸ ਕਿਵੇਂ, ਚਾਹੇ ਦਸਵੇਂ ਦੁਆਰ ਕਹਿ ਲਓ ਚਾਹੇ ਸੁਖਮਣਾ ਨਾੜੀ ਕਹਿ ਲਓ। ਇਹ ਜੋਗੀਆਂ ਦਾ ਕੰਮ ਸੀ, ਗੁਰੂ ਸਾਹਿਬ ਨੇ ਤੇ ਕੱਟਿਆ ਸੀ ਵੀ ਗਲਤ ਗੱਲਾਂ ਕਰਦੇ ਹੋ ਤੁਸੀਂ, ਇਹਨਾਂ ਨਾੜੀਆਂ 'ਚ ਸਵਾਸ ਚਾੜ ਕੇ ਕੀ ਕਰੋਗੇ ਤੁਸੀਂ? ਪਰ ਸਾਡੇ ਵਾਲੇ ਅਧਿਆਤਮਵਾਦੀ ਉਹਨਾਂ ਮਹਾਂਪੁਰਖਾਂ ਨੂੰ ਮੰਨਦੇ ਨੇ, ਲਓ ਜੀ ਉਹਨਾਂ ਨੇ ਤੇ ਅੰਦਰ ਦਸਮ ਦਵਾਰ ਦੀਆਂ ਗੱਲਾਂ ਕੀਤੀਆਂ, ਅਧਿਆਤਮਵਾਦ ਦੀਆਂ ਗੱਲਾਂ ਕੀਤੀਆਂ, ਸਾਨੂੰ ਕਹਿਣਗੇ ਇਹਨਾਂ ਨੂੰ ਤੇ ਪਤਾ ਹੀ ਨਹੀਂ ਅਧਿਆਤਮਤਾ ਦਾ ਕੀ ਹੁੰਦਾ। ਤੁਸੀਂ ਚਾੜੋ ਜਿਹੜੀਆਂ ਸੁਖਮਣੀਆਂ 'ਚ ਚਾੜਨੇ ਨੇ, ਹੈ ਕਿ ਨਹੀਂ? ਸੁਖਮਣਾ ਨਾੜੀ 'ਚ ਹੈ ਕਿ ਨਹੀਂ? ਸਾਨੂੰ ਸੁੱਖ ਦੇਣ ਵਾਲੀ ਬਾਣੀ ਸੁਖਮਣੀ ਹੈਗੀ ਹੈ, ਗੁਰਬਾਣੀ ਪੜ੍ਹ ਲਓ, ਜ਼ਿੰਦਗੀ 'ਚ ਲਾਗੂ ਕਰਾਂਗੇ ਤੇ ਸੁੱਖ ਤੁਸੀਂ ਨਾੜੀ 'ਚ ਪੜ੍ਹ ਦਿਓ ਜਿਹੜੀ 'ਚ ਪੜ੍ਹਨਾ। ਆਹੋ ਆ ਸੁਖਮਣ ਸਾਡਾ ਢੋਲਕੀ ਜਾਂਦਾ, ਤੁਸੀਂ ਸੁਖਮਣ ਨਾੜੀ 'ਚ ਚੜੇ ਫਿਰ, ਹੈ ਕਿ ਨਹੀਂ? ਅਸੀਂ ਆਨੰਦ ਲੈਂਦੇ, ਮਤਲਬ ਕਿਹੜੀਆਂ ਗੱਲਾਂ ਤੁਸੀਂ ਕਰਦੇ, ਕਿੱਥੇ ਸਵਾਸ ਚਾੜੋਗੇ? ਤੁਹਾਡਿਆਂ ਸਵਾਸਾਂ ਚੜਿਆਂ ਨੇ ਸਵਾਰਿਆ ਕੀ? ਜਿੰਨੇ ਤੁਸੀਂ ਇਹੋ ਜਿਹੇ ਬੂਬਣੇ ਤੁਰੇ ਫਿਰਦੇ ਆ, ਤੁਹਾਡੇ ਸਾਹਮਣੇ ਲੁੱਟ ਕੇ ਸਾਰਾ ਪੰਜਾਬ ਖਾਧਾ ਗਿਆ ਤੇ ਤੁਸੀਂ ਇੱਕ ਆਵਾਜ਼ ਨਹੀਂ ਕੱਢਦੇ? ਸੁਖਮਣੀ ਨਾੜੀ ਤੁਹਾਡੀ ਕੀ ਕਰੀਏ, ਸਵਾਸ ਚਾੜੇ ਕੀ ਕਰੀਏ? ਜਾਂ ਤੇ ਅਗਲਾ ਕਵੇ ਵੀ ਇਹਦੇ ਚੜੇ ਸਵਾਸ, ਅੱਛਾ ਹੁਣ ਵੱਟ ਕੱਢ ਦਿੰਦਾ ਬਈ, ਇਹ ਠੋਕ ਕੇ ਗਲਤ ਨੂੰ ਗਲਤ ਕਹਿੰਦਾ, ਬੰਦਾ ਕਾਇਮ ਹੋ ਗਿਆ, ਕੁਛ ਵੀ ਨਹੀਂ, ਸਰਪੰਚ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ। ਸੁਖਮਣੀ ਨਾੜੀ ਚੜੇ ਸਵਾਸਾਂ ਦਾ ਕੀ ਕਰੀਏ, ਫਾਇਦਾ ਕੀ ਹੋਇਆ? ਹਰ ਚੀਜ਼ ਵਿੱਚ ਕਰਪਟ ਹੈ, ਕਰਪਸ਼ਨ ਹੈ, ਬੇੜਾ ਗਰਕ ਹੋਇਆ ਪਿਆ। ਇਹ ਕਹਿੰਦੇ ਅਧਿਆਤਮਕਤਾ ਕਰਨੀ ਕੀ ਚਟਣੀ, ਕੀ ਕਰਨੀ ਹੈ, ਫਾਇਦਾ ਕੀ ਕਰ ਰਹੀ ਹੈ, ਫਾਇਦਾ ਕੀ ਕਰ ਰਹੀ ਹੈ? ਕੀ ਵੱਡੇ ਵੱਡੇ ਲੀਡਰਾਂ ਦੀ ਬਾਂਹ ਫੜ ਕੇ ਤੁਸੀਂ ਕਹਿ ਸਕਦੇ ਹੈ ਵੀ ਤੁਸੀਂ ਗਲਤ ਕੰਮ ਕਰਦੇ ਹੈ, ਲੁੱਟਦੇ ਹੈ ਲੋਕਾਂ ਨੂੰ, ਬੰਦੇ ਬਣ ਜਾਓ, ਹੈ ਹਿੰਮਤ? ਇਲੈਕਸ਼ਨ ਆ ਰਹੀ ਕਿ ਨੇੜੇ ਨਹੀਂ ਬੋਲਿਓ ਜਰਾ, ਤੇ ਸਾਰੇ ਬਾਬਿਆਂ ਨੇ ਆਪੋ ਆਪਣੇ ਲੀਡਰਾਂ ਨੂੰ ਵੋਟਾਂ ਪਵਾਉਣੀਆਂ ਨੇ।
ਪਾਉਂਦੇ ਕਿ ਨਹੀਂ? ਸਾਰਾ ਇਦਾਂ ਹੀ ਚੱਲਦਾ। ਕਿਸੇ ਨੂੰ ਗਲਤ ਕਹਿਣ ਦੀ ਹਿੰਮਤ ਹੈ? ਅਕਾਲ ਤਖਤ ਵਾਲੇ ਕੀ ਕੁਝ ਕਰਦੇ ਨੇ, ਹੈ ਹਿੰਮਤ ਕਹਿਣ ਦੀ? ਕਹਿੰਦੇ ਸੁਖਮਣੀ ਨਾ ਸੁਖਮਣਾ ਨਾੜੀ ਚ ਸਾਡੇ ਸਵਾਸ ਚੜ੍ਹਦੇ ਹੈ ਕਿ ਨਹੀਂ? ਦੁਨੀਆਂ ਨੂੰ ਵੀ ਸੁੱਖ ਦਿੱਤਾ, ਕਿਸੇ ਦੇ ਫਾਇਦੇ ਦੀ ਗੱਲ ਕੀਤੀ? ਮੇਰੇ ਕਹਿਣ ਦਾ ਭਾਵ ਇਹ ਹੈ, ਜਿੰਨੀਆਂ ਇਹਨਾਂ ਦੀਆਂ ਕਿਤਾਬਾਂ ਪੜ੍ਹ ਲਓ, ਮੈਂ ਪੜ੍ਹੀਆਂ ਨੇ, ਮੇਰੀ ਲਾਇਬ੍ਰੇਰੀ ਭਰੀ ਪਈ, ਮੇਰਾ ਤਜਰਬਾ ਹੈ। ਜੇ ਮੇਰੀ ਲਾਇਬ੍ਰੇਰੀ ਵੇਖੋ, ਘੱਟ ਤੋਂ ਘੱਟ ਕਿੱਡੀ ਵੱਡੀ ਹੈ, ਅੱਧੀ ਇੱਧਰ ਕਿਤਾਬਾਂ ਪਈਆਂ, ਅੱਧੀਆਂ ਉੱਧਰ ਪਈਆਂ, ਉਹਨਾਂ 'ਚ ਸਾਰੀਆਂ ਕਿਤਾਬਾਂ 'ਚ ਮੈਂ ਨਿਸ਼ਾਨੀਆਂ ਲਾਈਆਂ ਹੋਈਆਂ ਤੇ ਪੜ੍ਹੀਆਂ ਵੀ ਹੈ, ਤੇ ਨਾੜੀਆਂ ਦੇ ਵਿੱਚ ਸਾਹ ਚਾੜ ਚਾੜ ਕੇ ਵੇਖੇ ਵੀ ਹੈ। ਪਰ ਸਭ ਫੇਕ ਜੋਗੀਆਂ ਵਾਲੇ ਕੰਮ ਨੇ, ਇਹ ਜੋਗੀਆਂ ਦੀਆਂ ਨਾੜੀਆਂ 'ਚ ਸਵਾਸ ਚਾੜਨੇ, ਦਸਮ ਦੁਆਰ 'ਚ ਚਾੜਨੇ, ਇਹ ਕੰਮ ਉਹਨਾਂ ਦੇ ਸੀ। ਗੁਰੂ ਸਾਹਿਬ ਨੇ ਇਹਨਾਂ ਗੱਲਾਂ ਨੂੰ ਕੱਟਿਆ ਸੀ। ਭਰੀਆਂ ਪਈਆਂ ਕਿਤਾਬਾਂ ਸਾਡੇ ਵਾਲਿਆਂ ਦੀਆਂ, ਇਹੋ ਜਿਹੀਆਂ ਕਿਤਾਬਾਂ ਭਰੀਆਂ ਪਈਆਂ, ਉਹਨਾਂ ਦੇ ਵਿੱਚੋਂ ਕੱਖ ਨਹੀਂ ਲੱਭਣਾ, ਸਾਰੀ ਜ਼ਿੰਦਗੀ ਲੱਗੇ ਰਹੋ। ਸਮਾਜ ਦਾ ਫਾਇਦਾ ਕਿਵੇਂ ਹੋਣਾ, ਭਲਾ ਕਿਵੇਂ ਹੋਣਾ, ਉਹਦੇ ਬਾਰੇ ਸੋਚੋ। ਆ ਜਿੰਨਾ ਕੁ ਫਾਇਦਾ ਹੋ ਰਿਹਾ ਕੈਮਰਿਆਂ ਨੇ ਕੀਤਾ, ਆ ਸਾਇੰਸ ਨੇ ਕੀਤਾ, ਲੀਡਰਾਂ ਦਾ। ਜੇ ਸੁਣੋ ਸੁਣੋ ਸੁਣੋ, ਅੱਜ ਤੋਂ 20 ਸਾਲ ਪਹਿਲਾਂ ਜੇ ਜ਼ੋਰ ਲੱਗਦਾ ਸੀ ਨਾ ਜਿੰਨਾ, 15 ਸਾਲ ਪਹਿਲਾਂ ਉਦੋਂ ਡਬਲ ਲੱਗਿਆ ਸੀ, ਕਿਉਂਕਿ ਉਦੋਂ ਤੱਕ ਥੋੜਾ ਥੋੜਾ ਮੀਡੀਆ, ਸੋਸ਼ਲ ਮੀਡੀਆ ਆ ਗਿਆ ਸੀ। ਫਿਰ ਉਦੋਂ ਅਗਲੀ ਇਲੈਕਸ਼ਨ 'ਚ ਜਦੋਂ 10 ਸਾਲ ਪਹਿਲਾਂ, ਉਦੋਂ ਵੀ ਡਬਲ ਜ਼ੋਰ ਲੱਗਿਆ। 5 ਸਾਲ ਪਹਿਲਾਂ ਉਦੋਂ ਡਬਲ ਜ਼ੋਰ ਲੱਗਿਆ, ਹੁਣ 22 ਆ ਰਿਹਾ, ਉਦੋਂ ਵੀ ਡਬਲ ਜ਼ੋਰ ਲੱਗਿਆ, ਕਿਉਂਕਿ ਹਰ ਇੱਕ ਦੇ ਚਿੱਠੇ ਜਿਹੜੇ ਨੇ ਕੈਮਰਿਆਂ ਨੇ ਖੋਲ ਦਿੱਤੇ। ਤੇ ਮੈਂ ਤੁਹਾਨੂੰ ਗੱਲ ਦੱਸਾਂ, ਹਰ ਉਹ ਬੰਦਾ ਹੀ ਇੱਥੇ ਅੱਜ ਚੱਲਣਾ ਜਿਹੜਾ ਸਿੱਧਾ ਹੋ ਕੇ ਚੱਲੇਗਾ। ਕਰਪਟ ਬੰਦੇ ਬੰਦੇ ਆਉਣ ਵਾਲੇ ਸਮੇਂ ਵਿੱਚ ਨਹੀਂ ਚੱਲ ਸਕਣਗੇ, ਚਾਹੇ ਅੱਜ ਸਾਫ਼ ਕਰ ਲੈਣ ਗੰਦ, ਚਾਹੇ 10 ਸਾਲਾਂ ਨੂੰ ਕਰ ਲੈਣ। ਹੁਣ ਕੈਮਰਿਆਂ ਨੇ ਹਿਸਾਬ ਲੈਣਾ, ਸਾਇੰਸ ਨੇ ਲੈਣਾ ਹਿਸਾਬ, ਵੀ ਗਲਤ ਨਹੀਂ ਹੋਣ ਦੇਣਾ, ਜਿੱਥੇ ਗਲਤ ਹੋਣਾ ਹੈ ਪਤਾ ਲੱਗਣਾ। ਯਾਰ ਸੱਚਖੰਡ ਦੇ ਵਿੱਚ ਗਲਤ ਵੀਡੀਓ ਨਹੀਂ ਆ ਗਿਆ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਸੇ ਬੈੱਡ ਦੇ ਉੱਤੇ ਕੁਕਰਮ ਕਰਦੇ ਗ੍ਰੰਥੀ ਆਏ ਕਿ ਨਹੀਂ ਬੋਲੋ, ਆਏ ਉਸੇ ਬੈੱਡ ਤੇ। ਇਦਾਂ ਦੇ ਲੋਕ, ਇਦਾਂ ਦੇ ਗ੍ਰੰਥੀ, ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਆਉਂਦੀਆਂ। ਤੇ ਹੁਣ ਤੇ ਜਿਹੜਾ ਬੰਦਾ ਬਣ ਕੇ ਰਹੂ, ਸਿੱਧਾ ਹੋ ਕੇ ਚੱਲੂ, ਉਹ ਚੱਲੂ, ਇਹ ਚੇਤਾ ਰੱਖਣਾ। ਕੋਈ ਵੀ ਫਲੌਪ ਬੇਕਾਰ, ਜਿੰਨੇ ਇਹ ਬੰਦੇ ਫੇਕ ਨੇ, ਇਹ ਨਹੀਂ ਚੱਲਣੇ ਆਉਣ ਵਾਲੇ ਸਮੇਂ 'ਚ। ਕਲੀਅਰ ਗੱਲ, ਹਿਸਾਬ ਮੰਗਣਾ ਲੋਕਾਂ ਨੇ, ਕੈਮਰੇ ਆ ਗਿਆ, ਅਧਿਆਤਮਕਤਾ ਨੇ ਸਿੱਧੇ ਕੀਤੇ ਨੇ ਕਿ ਸਾਇੰਸ ਨੇ ਗੱਜ ਕੇ? ਤੇ ਗਿਆਨ ਵਿਗਿਆਨ ਕਾਹਦੇ ਚੋਂ ਨਿਕਲਿਆ ਭਲਾ? ਗਿਆਨ ਚੋਂ। ਤੇ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਕਾਹਦੇ ਨਾਲ ਜੋੜਿਆ ਸੀ? ਗਿਆਨ ਨਾਲ। ਕਹਿੰਦੇ ਨਾਮ ਰਸ ਪੀਵੋ, ਗਿਆਨ ਲਓ। ਤੂੰ ਸਵਾਸ ਚਾੜਨ ਦੀਆਂ ਗੱਲਾਂ ਕਰਦਾ, ਗਿਆਨ ਲੈ। ਗੁਰੂ ਸਾਹਿਬ ਨੇ ਗਿਆਨ ਦਾ ਰਾਹ ਤੋਰਿਆ, ਗਿਆਨ ਦਾ ਵਿਸਥਾਰ ਹੀ ਵਿਗਿਆਨ ਹੈ, ਸਾਇੰਸ ਹੈ। ਇਹਨਾਂ ਨੇ ਫਿਰ ਸਾਡੇ ਵਾਲਿਆਂ ਨੇ ਸਵਾਸ ਇੱਥੇ ਚਾੜੋ, ਇੱਥੇ ਐਂ ਲੰਘ ਜਾਂਦਾ, ਇੱਥੇ ਐਂ ਲੰਘ ਜਾਂਦਾ, ਲੈ ਦੱਸ ਕਿਹੜੇ ਸਵਾਸ ਚਾੜਦੇ ਆ ਤੁਸੀਂ? ਕਿਉਂ ਲੋਕਾਂ ਨੂੰ ਬੁੱਧੂ ਬਣਾਉਂਦੇ ਆ, ਕਮਲੇ ਬਣਾਉਂਦੇ ਆ? ਬੰਦੇ ਨੂੰ ਜਿਉਣਾ ਸਿਖਾਓ, ਵਿਚਰਨਾ ਸਿਖਾਓ, ਕੰਮ ਕਰਨਾ ਸਿਖਾਓ। ਅੱਖਾਂ ਬੰਦ ਕਰਕੇ ਬਹਿ ਜਾ, 3-3 ਘੰਟੇ ਇੱਥੇ ਸਵਾਸ ਚਾੜੀ ਜਾ, ਦਿਨੇ ਉਹਨੂੰ ਨੀਂਦ ਆਈ ਜਾਂਦੀ ਹੈ, ਰੇਹ ਪਾਉਣ ਜਾਂਦਾ ਉੱਥੇ ਪਾ ਨਹੀਂ ਹੁੰਦੀ, ਖੇਤਾਂ 'ਚ ਕੰਮ ਕਰਦਾ ਕੰਮ ਨਹੀਂ ਕਰ ਹੁੰਦਾ, ਡਿਊਟੀ ਕਰਨ ਜਾਂਦਾ ਕੁਰਸੀ 'ਤੇ ਸੌਈ ਜਾਂਦਾ, ਕਨੈਕਟਰੀ ਕਰਦਾ ਉੱਥੇ ਜੀ ਨਹੀਂ ਲੱਗਦਾ। ਇਹ ਚੰਗਾ ਤੁਸੀਂ 3 ਵਜੇ ਸਵੇਰੇ ਉਠਾਇਆ ਅਗਲੇ ਨੂੰ? ਸਾਡੇ ਵਰਗਾ ਵਿਹਲਾ ਬੰਦਾ ਜਿਹਨੇ ਰਹਿਣਾ ਹੀ ਗੁਰਦੁਆਰੇ, ਭਾਵੇਂ 2 ਵਜੇ ਉਠਾ ਦਿਓ, ਭਾਵੇਂ 1 ਵਜੇ ਉਠਾ ਦਿਓ, 1 ਵਜੇ ਉੱਠੋ, 7 ਵਜੇ ਤੱਕ ਜਾਗੋ, 7 ਵਜੇ ਫਿਰ ਸੌਂ ਜਾਓ, ਖਾ ਕੇ ਪਰੌਂਠੇ ਦੇਸੀ ਘਿਓ ਦੇ, ਹੈ ਕਿ ਨਹੀਂ? ਤੇ 12 ਵਜੇ ਫਿਰ ਉੱਠ ਲਓ, 4-5 ਘੰਟੇ ਰਾਤ ਨੂੰ ਨੀਂਦ ਪੂਰੀ ਕਰ ਲਓ, 5 ਘੰਟੇ ਦਿਨੇ ਸੁੱਤੇ ਰਹੋ, ਆਪੇ ਹੀ 1 ਵਜੇ ਉੱਠਣਾ ਹੀ ਹੈ।
ਦੱਸੋ ਮੈਨੂੰ ਸਾਡੇ ਬਾਬਿਆਂ ਚ ਮਰਿਆਦਾ ਨਹੀਂ ਭਲਾ ਵੀ ਰਾਤ ਨੂੰ ਵੀ ਸੌਣਾ ਹੈ ਤੇ 9 ਤੋਂ ਲੈ ਕੇ 3 ਤੇ ਦਿਨੇ ਜਾ ਕੇ ਵੇਖੋਗੇ 12 ਵਜੇ ਕੋਈ ਵੀ ਨਹੀਂ ਜਾਗਦਾ ਕਿੱਥੇ ਨੇ ਇਹਦੇ ਸੁੱਤੇ ਨੇ ਇਹਨਾਂ ਦੀ ਮਰਿਆਦਾ ਹੈ 12 ਤੋਂ 3 12 ਤੋਂ 3 ਦਿਨੇ ਵੀ ਸੌਂਦੇ ਨੇ ਤੇ ਜਿੰਨੇ 12 ਤੋਂ 3 ਦਿਨੇ ਸੌਣਾ ਹੈ ਖੇਤਾਂ 'ਚ ਕੰਮ ਕਰਨ ਵਾਲਾ ਦਿਹਾੜੀਆਂ ਕਰਨ ਵਾਲਾ ਬੰਦਾ 12 ਤੋਂ 3 ਕਿਵੇਂ ਸੌਵੇ ਜਿਹਨੇ ਦਿਹਾੜੀ ਲਾਉਣੀ ਹੈ ਜਿਹਨੇ ਦਫ਼ਤਰ 'ਚ ਕੰਮ ਕਰਨਾ 12 ਤੋਂ 3 ਸੌਂਗੇ ਆ ਡਰਾਈਵਰ ਜਿਹੜੇ 12 ਤੋਂ 3 ਸੌਂ ਕੇ ਕਿੱਦਾਂ ਕਿਵੇਂ ਰੋਡ ਵਿੱਚਾਂ ਚੱਲਣਗੀਆਂ ਕਿਵੇਂ ਬੱਸਾਂ ਚੱਲਣਗੀਆਂ ਕਿਵੇਂ ਕੰਮ ਹੋਣਗੇ ਵਿਹਲਾ ਬੰਦਾ ਸਭ ਕੁਝ ਕਰ ਸਕਦਾ ਫਿਰ ਵਿਹਲੇ ਬੰਦੇ ਦੀ ਮਰਿਆਦਾ ਹੋਰ ਹੈ ਤੇ ਕੰਮੇ ਦੇ ਬੰਦੇ ਦੀ ਮਰਿਆਦਾ ਗੱਜ ਕੇ ਹੋਰ ਹੈ ਮਰਿਆਦਾ ਮਿਹਨਤੀਆਂ ਬੰਦਿਆਂ ਦੀ ਜਿਨ੍ਹਾਂ ਨੇ 10 ਘੰਟੇ ਡਿਊਟੀ ਕਰਨੀ ਉਹਦੀ ਮਰਿਆਦਾ ਹੋਰ ਹੈ ਤੇ ਗੁਰਦੁਆਰਿਆਂ 'ਚ ਰਹਿਣ ਵਾਲਿਆਂ ਦੀ ਮਰਿਆਦਾ ਹੋਰ ਹੈ ਤੇ ਗੁਰਦੁਆਰੇ ਵਾਲੇ ਆਪਣੀ ਮਰਿਆਦਾ ਦ੍ਰਿਸ਼ਟੀਆਂ ਤੇ ਨਾ ਥੋਪੋ ਵਿਹਲੜ ਆਪਣੀ ਮਰਿਆਦਾ ਕਾਮਿਆਂ ਉੱਤੇ ਨਾ ਥੋਪੋ ਵਿਹਲੜਾਂ ਦੀ ਮਰਿਆਦਾ ਕਾਮਿਆਂ ਨੂੰ ਦੱਸ ਦੱਸ ਕੇ ਉਹਨਾਂ ਦੇ ਸਿਰ ਤੇ ਭਾਰ ਨਾ ਪਾਓ ਬੋਝ ਨਾ ਪਾਓ ਕਮਲੇ ਨਾ ਕਰੋ ਉਹਨਾਂ ਨੂੰ ਤੇ ਨੀਂਦ ਨਹੀਂ ਆਉਂਦੀ ਰਾਤ ਨੂੰ ਅਸੀਂ ਪਾਪੀ ਅਸੀਂ ਤੇ ਐ ਨਹੀਂ ਕੋਲੇ ਦੱਸ ਪਾਪੀ ਕਿੱਥੋਂ ਹੋ ਗਿਆ ਆਪਣੇ ਨਿਆਣੇ ਪੜ੍ਹਾਏ ਲਿਖਾਏ ਪੈਰਾਂ ਤੇ ਖੜੇ ਕਰਤੇ ਸਾਰੀ ਜ਼ਿੰਦਗੀ ਬੀਬੀ ਨੇ ਰੋਟੀਆਂ ਪਕਾ ਪਕਾ ਕੇ ਕਮਲੀ ਹੋ ਗਈ ਖੇਤਾਂ 'ਚ ਕੰਮ ਕਰ ਕਰਕੇ ਭਈਏ ਖੇਤਾਂ 'ਚ ਕੰਮ ਕਰਦੇ ਐ ਹੱਥ ਘਸ ਗਏ ਟਰੈਕਟਰਾਂ ਤੇ ਚੜ ਚੜ ਕੇ ਉਹ ਸੀਟਾਂ ਦੇ ਉੱਤੇ ਬੈਠਿਆ ਜਾਂਦਾ ਐ ਮਾਰਦੀ ਹੁਜ ਕੇ ਟਰੈਕਟਰਾਂ ਦੇ ਉੱਤੇ ਬੰਦੇ ਘਸ ਗਏ ਚਲਾ ਚਲਾ ਕੇ ਤੇ ਮੁੜ ਕੇ ਕਹਿਤਾ ਪਾਪੀ ਕਈਆਂ ਚਲਾਉਣ ਵਾਲਿਆਂ ਨੂੰ ਵੇਖੋ ਤੇ ਸਹੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜਿੱਥੇ ਬਾਹਰ ਨਹੀਂ ਨਿਕਲ ਹੁੰਦਾ ਉਹ ਖੇਤਾਂ 'ਚ ਕੰਮ ਕਰਦੇ ਆ ਉਹਨੂੰ ਤੁਸੀਂ ਪਾਪੀ ਕਹੀ ਜਾਂਦੇ ਇਹ ਤੇ ਜੀ ਪਾਪੀ ਲੋਕ ਨੇ ਅਸੀਂ 3 ਵਜੇ ਉੱਠਦੇ ਹਾਂ ਅਗਲਾ ਅੱਕ ਥੱਕ ਕੇ ਆ ਕੇ 8 ਵਜੇ ਸੁੱਤਾ ਤੇ ਸਵੇਰੇ 6 ਵਜੇ ਉੱਠੂ ਸਾਰਾ ਦਿਨ ਕੰਮ ਕਰਕੇ ਆਇਆ ਤੇ ਚੱਲ ਫਿਰ ਤੂੰ ਵੀ ਚੱਲ ਫਿਰ ਨਾਲ ਕਿਹੜਾ ਕਰਦਾ ਇੱਥੇ ਸਭ ਝੂਠ ਬੋਲਦੇ ਆ ਆਪੋ ਆਪਣੀ ਮਰਿਆਦਾ ਇਹ ਥੋਪਦੇ ਆ ਬੰਦੇ ਤੇ ਬੋਝ ਪਾਉਂਦੇ ਆ ਇਹਨਾਂ ਨੇ ਬਣਾਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਕਿੱਥੇ ਲਿਖੀ ਹੈ ਪੌ ਫਟਾਲੇ ਉੱਠਣਾ ਚੰਗਾ ਹੈ ਇਹ ਬਾਣੀ ਕਹਿੰਦੀ ਹੈ ਇਹ ਚੰਗੀ ਗੱਲ ਹੈ ਉੱਠੋ ਜਿਹੜੇ ਉੱਠ ਸਕਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਜਿਹੜਾ ਨਹੀਂ ਉੱਠ ਸਕਿਆ ਉਹ ਪਾਪੀ ਹੈ ਇਹ ਡਿਪੈਂਡ ਕਰੇਗਾ ਬੰਦਾ ਰਾਤ ਸੁੱਤਾ ਕਿੰਨੇ ਵਜੇ ਸੀ ਤੇ ਕੱਲ ਉਹਨੇ ਕੰਮ ਕੀ ਕੀਤਾ ਸੀ ਇਹਦੇ ਤੇ ਡਿਪੈਂਡ ਕਰੇਗਾ ਕਿੰਨੇ ਵਜੇ ਸਵੇਰੇ ਉੱਠੇ ਵਿਹਲੜ ਸੀ ਉਹਦੇ ਲਈ ਉੱਠਣਾ ਬੜਾ ਜ਼ਰੂਰੀ ਹੈ ਉਹ ਭੈੜਾ ਲੱਗਦਾ ਪਿਆ ਉਹਨੂੰ ਸੌਣਾ ਨਹੀਂ ਚਾਹੀਦਾ ਉੱਠੇ ਪਰ ਜੇ 10 ਵਜੇ ਤੱਕ ਮਿੱਟੀ ਨਾਲ ਮਿੱਟੀ ਹੋ ਕੇ ਆਇਆ ਉਹਨੇ ਤੇ ਉਹਨੂੰ ਤੇ ਵੱਜ ਜਾਣੇ ਨੇ ਸਵੇਰ ਦੇ 6 ਉਹਦੀ ਨੀਂਦ ਪੂਰੀ ਹੋਣੀ ਕਿਉਂ ਬੋਝ ਪਾਈ ਜਾਂਦੇ ਲੋਕਾਂ ਦੇ ਸਿਰ ਤੇ ਬੁੱਧੂ ਬਣਾ ਰੱਖਿਆ ਸਾਰੇ ਆਉਂਦੀ ਸਮਝ ਚਲੋ ਹੁਣ ਠੀਕ ਹੈ ਗੱਲ ਆਪਾਂ ਕੀ ਕਰਦੇ ਸੀ ਸ਼ਬਦ ਜਿਹੜਾ ਸੁਖਮਨ ਨਾਰੀ ਸੁਖਮਨ ਨਾਰੀ ਦੇ ਵਿੱਚ ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ ਇਹ ਕਬੀਰ ਜੀ ਦਾ ਸ਼ਬਦ ਹੈ ਤਿੱਖੇ ਕਬੀਰ ਜੀ ਕਹਿੰਦੇ ਤੂੰ ਕਹਿੰਦਾ ਸੁਖਮਨੀ ਨਾੜੀ ਦੇ ਵਿੱਚ ਸਵਾਸ ਚਾੜਦੇ ਆ ਕਹਿੰਦੇ ਤੂੰ ਚਾੜੀ ਜਾ ਸਾਡਾ ਮਾਈਂਡ ਬੈਲੈਂਸ ਹੈ ਸਾਨੂੰ ਪਤਾ ਹੈ ਆ ਇਦਾਂ ਸਵਾਸ ਚਾੜਦੇ ਆ